ਪਿਛਲੇ ਚੈਂਬਰ ਆਫ ਕਮਰਸ ਵੱਲੋਂ ਰਣਜੀਤ ਐਵਨਿਊ ਵਿਖੇ ਆਯੋਜਿਤ 5 ਦਿਨੀ ਟ੍ਰੇਡ ਫੇਅਰ ਪਾਈਟੈਕਸ 2018 ਦਾ ਸਮਾਪਨ ਹੋ ਗਿਆ। ਇਹ 13ਵਾਂ ਪਾਈਟੈਕਸ ਅਤੇ ਅੰਮ੍ਰਿਤਸਰ ਵਿੱਚ ਲੱਗਣ ਵਾਲਾ ਪਾਈਟੈਕਸ ਦਾ 12ਵਾਂ ਮੇਲਾ ਸੀ। PSG ਚੈਂਬਰ ਆਫ ਕਮਰਸ ਅੰਮ੍ਰਿਤਸਰ ਚੈਪਟਰ ਦੇ ਚੇਅਰਮੈਨ ਜੈਦੀਪ ਸਿੰਘ ਨੇ ਆਖਿਆ ਹੈ ਕਿ ਮੇਲਾ ਬਹੁਤ ਵਧੀਆ ਅਤੇ ਸ਼ਾਨਦਾਰ ਰਿਹਾ। ਵੱਡੀ ਗਿਣਤੀ 'ਚ ਲੋਕਾਂ ਨੇ ਮੇਲੇ 'ਚ ਸ਼ਿਰਕਤ ਕੀਤੀ ਅਤੇ ਮੇਲੇ 'ਚ ਵੱਖ ਵੱਖ ਦੇਸ਼ਾਂ ਦੇ ਵਪਾਰੀਆਂ ਨੇ ਹਿੱਸਾ ਲਿਆ ਅਤੇ 400 ਤੋਂ ਵੱਧ ਸਟਾਲ ਲਗਾਏ ਗਏ। ਕੁਝ ਐਕਸੀਬਿਟਰਸ ਨੇ ਆਖਿਆ ਹੈ ਕਿ ਇਸ ਵਾਰ GST ਅਤੇ ਮਹਿੰਗਾਈ ਦਾ ਅਸਰ ਮੇਲੇ 'ਤੇ ਵੇਖਣ ਨੂੰ ਮਿਲਿਆ, ਪਰ ਫਿਰ ਵੀ ਲੋਕਾਂ ਨੇ ਖੂਬ ਖਰੀਦਦਾਰੀ ਕੀਤੀ ਹੈ। ਪਾਈਟੈਕਸ ਮੇਲੇ 'ਚ ਆਏ ਲੋਕਾਂ ਨੇ ਆਖਿਆ ਹੈ ਕਿ ਹਰ ਕਿਸਮ ਦੀਆਂ ਚੀਜ਼ਾਂ ਇਸ ਟ੍ਰੇਡ ਫੇਅਰ 'ਚ ਮਿਲ ਜਾਂਦੀਆਂ ਹਨ। ਪਾਈਟੈਕਸ ਹਰ ਸਾਲ ਆਯੋਜਿਤ ਹੋਣਾ ਚਾਹੀਦਾ ਹੈ। ਇਸ ਵਾਰੀ ਤਾਂ ਮਤਲਬ ਸਾਡੇ ਪਿਛਲੇ ਸਾਲ ਨਾਲੋਂ ਹਰ ਦਿਨ, ਅਗਰ ਸ਼ੁੱਕਰਵਾਰ ਨਾਲ ਸ਼ੁੱਕਰਵਾਰ ਕੰਪੇਅਰ ਕਰੀਏ, ਸੈਟਰਡੇ ਨਾਲ ਸੈਟਰਡੇ, ਹਰ ਦਿਨ ਕੰਪੈਰੀਜ਼ਨ ਕਰਦੇ ਹਾਂ ਤਾਂ ਸਾਡੇ ਫੁੱਟਫਾਲ ਜਿਹੜੀ ਹੈ ਪਹਿਲੇ ਨਾਲੋਂ ਬਹੁਤ ਜ਼ਿਆਦਾ ਔਰ ਲੋਕ ਬੜੇ ਖੁਸ਼ ਜਾ ਰਹੇ ਨੇ, ਕਿਉਂਕਿ ਦੇਖੋ ਬਾਹਰ ਪੂਰਾ ਸਾਫ਼ ਸੁਥਰਾ ਕੰਮ ਅੱਜ ਲਾਸਟ ਡੇ ਹੋਣ ਦੇ ਬਾਵਜੂਦ ਵੀ ਹੈ, ਕੋਈ ਘੱਟਾ ਮਿੱਟੀ ਨਹੀਂ ਹੈ ਔਰ ਸਾਰਿਆਂ ਨੂੰ ਬੜਾ ਅੱਛਾ ਐਕਸਪੀਰੀਅੰਸ ਹੋ ਰਿਹਾ। ਇੱਕ ਅਸੀਂ ਜਿਹੜਾ ਟਿਕਟਸ ਦਾ ਤੁਹਾਨੂੰ ਦੱਸਿਆ ਸੀ, ਐਡ ਕੀਤਾ ਕਿ ਰੋਡ ਦੇ ਉੱਤੇ ਕੋਈ ਜਾਮ ਨਹੀਂ ਲੱਗਦਾ, ਕੁਛ ਨਹੀਂ ਲੱਗਦਾ, ਅਤੇ ਇਸ ਤਰ੍ਹਾਂ ਟਿਕਟਸ ਬੜੇ ਈਜ਼ੀਲੀ ਸਾਰੇ ਅੰਦਰ ਆ ਕੇ ਮੂਵ ਕਰ ਰਹੇ ਨੇ ਔਰ ਸਾਰਿਆਂ ਨੂੰ ਬੜੇ ਅੱਛੇ ਤਰੀਕੇ ਨਾਲ ਸ਼ੋਪਿੰਗ ਹੋ ਰਹੀ ਹੈ। ਫੂਡ ਕੋਰਟ ਦਾ ਵੀ ਸਾਰੇ ਲੁਤਫ ਉਠਾ ਰਹੇ ਨੇ ਅਤੇ ਸਾਨੂੰ ਬੜਾ ਐਡਮਿਨਿਸਟ੍ਰੇਸ਼ਨ ਵੱਲੋਂ ਬੜੀ ਸਪੋਰਟ ਮਿਲੀ ਔਰ ਉਹਨਾਂ ਨੇ ਸਾਨੂੰ ਕਿਹਾ ਕਿ ਇੱਕ ਵਾਰੀ ਇਹਨੂੰ ਅਪ੍ਰੈਲ ਮਈ ਦੇ ਵਿੱਚ ਫਿਰ ਇੱਕ ਵਾਰੀ ਇਸ ਤਰ੍ਹਾਂ ਦਾ ਕੀਤਾ ਜਾਵੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸ਼ਾਇਦ ਅਸੀਂ ਕੋਈ ਹੋਰ ਇੱਕ ਇਸ ਤਰ੍ਹਾਂ ਦਾ ਪਾਈਟੈਕਸ ਜਿਹੜਾ ਫੇਅਰ ਹੈਗਾ ਫੂਡ ਦੇ ਉੱਤੇ, ਟੂਰਿਜ਼ਮ ਦੇ ਉੱਪਰ, ਔਰ ਅਸੀਂ ਇਸ ਤਰ੍ਹਾਂ ਦਾ ਕੋਈ ਪਲਾਨ ਕਰਕੇ ਲਿਟਰੇਚਰ ਦੇ ਉੱਤੇ ਅੰਮ੍ਰਿਤਸਰ ਦੇ ਟੂਰਿਜ਼ਮ ਦੇ ਉੱਤੇ ਇੱਕ ਹੋਰ ਇਸ ਤਰ੍ਹਾਂ ਦਾ ਵਰਸ਼ਨ ਲੈ ਕੇ ਆਵਾਂਗੇ। ਵੀ ਹੈਵ ਫਰੈਸ਼ਨਰ, ਰੂਮ ਫਰੈਸ਼ਨਰ, ਕਾਰ ਫਰੈਸ਼ਨਰਸ, ਐਂਡ ਵੀ ਹੈਵ ਵੂਡਨ ਪ੍ਰੋਡਕਟਸ ਲਾਈਕ ਬਾਡੀ ਮਸਾਜਰ, ਬੈਕ ਪੇਨ, ਨੀ ਪੇਨ। ਯਾ, ਦਿਸ ਪਾਈਟੈਕਸ ਇਜ਼ ਵੈਰੀ ਰਸ਼, ਅ ਲੋਟ ਆਫ ਕਸਟਮਰਸ, ਐਂਡ ਦੇਰ ਇਜ਼ ਮੇਰਿਟਸ ਐਂਡ ਡਿਮੇਰਿਟਸ, ਯੂ ਨੋ, ਬਿਕੋਸ ਵੀ ਕਾਨਟ ਹੈਂਡਲ ਦ ਕਸਟਮਰਸ। And yeah, I see there can be, you know, there can be we can do join hand in hand for the business lines, and then you can talk to the organizer itself, and then we are always ready for the trade purpose. Poitex thoda customer is there itna zyada nahi hai waise, but pichli baar nalo thoda better hai, thoda itte kuch aur bhi developments hui hain, waise hada bhi theek hai. Oh te hai sir, ਉਹ ਤਾਂ ਡੈਫੀਨੇਟਲੀ ਵੱਡੀ, ਜੋ ਨੋਰਮਲ ਕਸਟਮਰ ਹੈ ਜਿਸ ਤਰ੍ਹਾਂ ਛੋਟੇ ਲੈਵਲ ਦੇ ਕਸਟਮਰ ਹੈ ਉਹਨਾਂ ਨੂੰ ਤਾਂ ਫਰਕ ਪਿਆ ਹੀ ਹੈ। ਹੁਣ ਜਿਸ ਤਰ੍ਹਾਂ ਰੇਟ ਹੌਲੇ ਹੌਲੇ ਵੱਧ ਗਏ, ਜੋ GST ਐਕਸਟਰਾ ਹੋ ਗਿਆ, ਹੁਣ ਜੋ ਨੋਰਮਲ ਕਸਟਮਰ ਹੈ ਉਹਨੂੰ ਤਾਂ ਫਰਕ ਵੈਸੇ ਪਿਆ ਹੀ ਹੈ। ਕਿ ਐਡਵਰਟਾਈਜਮੈਂਟ ਵਾਸਤੇ ਇੱਕ ਬਹੁਤ ਵਧੀਆ ਪਲੇਟਫਾਰਮ ਹੈ, ਛੋਟਾ ਲੈਵਲ, ਚਾਹੇ ਛੋਟਾ ਕਸਟਮਰ ਹੈ, ਚਾਹੇ ਵੱਡਾ ਕਸਟਮਰ ਹੈ, ਚਾਹੇ ਦੁਕਾਨਦਾਰ ਹੈ, ਚਾਹੇ ਕੰਪਨੀ ਹੈ, ਅਤੇ ਉਹਨਾਂ ਨੂੰ ਦੋਨਾਂ ਨੂੰ ਫਰਕ ਤਾਂ ਪੈਂਦਾ ਹੀ ਹੈ। ਇੱਕ ਬਹੁਤ ਵੱਡਾ ਪਲੇਟਫਾਰਮ ਈਜ਼ੀ ਹੋ ਜਾਂਦਾ ਆਪਣੀ ਐਡਵਰਟਾਈਜਮੈਂਟ ਕਰਨ ਲਈ, ਲੋਕਾਂ ਨੂੰ ਦਿਖਾਉਣ ਲਈ, ਇਹ ਅੱਛੀ ਚੀਜ਼ ਹੈ, ਇਹ ਮੇਰੇ ਲੱਗਦੇ ਰਹਿਣੇ ਚਾਹੀਦੇ। ਵੈਸੇ ਹਮ GNK ਸੇ ਆਏ ਹੈ, ਪਾਈਟਿਕਸ ਮੇਰਾ ਬਹੁਤ ਬੜੀਆ ਰਹਾ, ਬਹੁਤ ਅੱਛਾ ਇੰਤਜ਼ਾਮ ਥਾ, ਹਬ ਕੁਛ ਬੜੀਆ ਥਾ, ਸੇਲ ਵਿੱਚ ਵੀ ਨਹੀਂ, ਹਮ ਜੋ ਆਪਣਾ ਕਸ਼ਮੀਰੀ ਆਰਟ ਦਿਖਾਣੇ ਕੇ ਲਈ ਆਏ ਥੇ ਨਾ, ਉਸਕਾ ਹਮੇਂ ਬਹੁਤ ਅੱਛਾ ਰਿਸਪਾਂਸ ਮਿਲਾ, ਲੋਕੋਂ ਕੇ ਪਾਸ, ਲੋਕੋਂ ਕਾ ਟੇਸਟ ਅੱਛਾ ਹੈ, ਹਰ ਕਿਸਮ ਕੇ ਲੋਕ ਹਮਾਰੇ ਪਾਸ ਆਏ, 1000 ਰੁਪਏ ਸੇ ਲੇਕਰ 50,000 ਤੱਕ ਕੇ ਚੀਜ਼ ਕੇ ਵਹਾਂ ਪਰ ਕਸਟਮਰ ਹਮਾਰੇ ਪਾਸ ਆਏ। ਬਿਕਰੀ ਇਸ ਬਾਰ ਪਿਛਲੇ ਸਾਲ ਕੇ ਮੁਕਾਬਲੇ ਕਮ ਰਹੀ, ਲੇਕਿਨ ਕਸਟਮਰ ਬਹੁਤ ਅੱਛੇ ਥੇ ਹਾਂ ਇਸ ਬਾਰ। ਹਮਾਰੇ ਪਾਸ ਸਾਰੀ ਫੈਂਸੀ ਵਰਾਇਟੀ ਹੋਤੀ ਹੈ, ਡਿਜ਼ਾਈਨਰ ਸੂਟ, ਪਾਰਟੀ ਵੇਅਰ ਸੂਟ ਹੋਤੇ ਹੈ, ਹਮਾਰੇ ਪਾਸ ਡਿਜ਼ਾਈਨਰ ਪਾਕਿਸਤਾਨੀ ਸੂਟ ਵੀ ਵੇਚਤੇ ਹੈ, ਲੌਨ ਕੇ ਪ੍ਰਿੰਟਡ ਸੂਟ ਵੇਚਤੇ ਹੈ, ਪਾਰਟੀ ਵੇਅਰ ਹੈ, ਗੋਟਾ ਵਰਕ ਕੇ ਸੂਟ ਹੈ। ਕਾਮ ਕਾਫੀ ਸਲੋ ਰਹਾ ਹੈ, ਕਾਫੀ ਕਸਟਮਰ ਆਇਆ, ਵਿੰਡੋ ਸ਼ੋਪਿੰਗ ਜ਼ਿਆਦਾ ਹੋਈ ਹੈ, ਕਾਫੀ ਕਾਮ ਆਪਕੇ ਸਲੋ ਰਹਾ ਹੈ। ਖੂਬ ਅੱਛਾ ਰਹਾ ਹੈ, ਠੀਕ ਹੈ, ਓਵਰਆਲ ਸ਼ੋਪਿੰਗ ਕੀ ਵਰਾਇਟੀ ਬਹੁਤ ਜ਼ਿਆਦਾ ਹੈ, ਹਾਂ ਹੋਣੀ ਚਾਹੀਏ, ਐਸੇ ਅੱਛਾ ਰਹਤਾ ਹੈ, ਓਵਰਆਲ ਸਭੀ ਕਾ ਮਿਲਣਾ ਹੋ ਜਾਤਾ ਹੈ, ਨਏ ਨਏ ਪ੍ਰੋਡਕਟਸ ਦੇਖਣੇ ਕੋ ਮਿਲ ਜਾਤੇ ਹੈ। ਔਰ ਨਹੀਂ, GST ਕੀ ਮੁਝੇ ਨਹੀਂ ਲੱਗਤਾ ਕੋਈ ਜ਼ਿਆਦਾ ਹੈ, ਥੋੜ੍ਹਾ ਬਹੁਤ ਤੋਂ ਹੈ, ਕਿਉਂਕਿ ਯਹਾਂ ਪੇ ਰੇਟ ਅਦਰ ਮਾਰਕੀਟ ਦਾ ਹਾਇਰ ਹੈ, ਲੇਕਿਨ ਵਰਾਇਟੀ ਹੈ। ਇਸ ਬਾਰ ਬੈਟਰ ਲੱਗ ਰਿਹਾ ਪਿਛਲੇ ਸਾਲ ਸੇ, ਬਟ ਕਈ ਚੀਜ਼ਾਂ ਐਸੀ ਹੈ ਜੋ ਲਾਈਕ ਪਿਛਲੇ ਸਾਲ ਮੈਨੇ 100 ਮੇਂ ਲੀ ਹੈ, ਵੋ ਇਸ ਬਾਰ 250 ਕੀ ਬਤਾ ਰਹੇ ਹੈ, ਤੋ ਬਾਰਗੇਨਿੰਗ ਵੀ ਕਾਫੀ ਹੈ।
यहाँ तो सब कैश पेमेंट ही हो रही है, तो मुझे लगता है इसमें तो GST वगैरह शायद वो नहीं ऐड कर रहे होंगे। ऑलमोस्ट सिमिलर इसे, मतलब बताते तो थोड़ी महंगी है, लेकिन बार्गेनिंग करो तो फिर मतलब बार्गेनिंग भी बहुत ज़्यादा है, फिर आप उसी रेट पे ही आ जाते हो बार्गेनिंग के बाद। अच्छा है, वैरायटी काफ़ी होती है, और प्लस अंडर वन रूफ यू गेट डिफरेंट स्टॉल्स। हाँ जी, लगने तो चाहिए। PhD चैंबर ऑफ कॉमर्स वालों पाइटेक्स 2018 का आयोजन 6 तो 10 दिसंबर तक अमृतसर विखे किया गया, और PhD चैंबर ऑफ कॉमर्स का आखना है कि इस मेला एक बार फिर काफ़ी शानदार रहा, तो काफ़ी व्यापार इस मेले दौरान होया है, और आने वाले साल के होर भी ज़्यादा स्टॉल इस मेले च लगनगे। और एक पास कुछ दुकानदार ने भी कहना है कि इस बार GST और महंगाई का असर भी इस बार इस मेले से देखने को मिला, और कुल मिला के जेकर देखा जाए तो बड़ी गिनती लोगों ने इस मेले शिरकत की, और काफ़ी गिनती इस मेले के चीज़ों की खरीदो फरोख्त हुई है। कैमरामैन रमन कुमार, संदीप चाल, फर्स्ट न्यूज़ अमृतसर।